ਸਾਡੇ ਕੋਲ ਨਾ ਬਹੁਤ ਬੱਚੇ ਪੜ੍ਹ ਕੇ ਗਏ ਨੇ ਕਿਉਂਕਿ ਅਸੀਂ ਦੋ ਇਕੱਲੇ ਹੁੰਦੇ ਸੀ ਤੇ ਉਹ ਰੁਪਿੰਦਰ ਸਾਰੇ ਬੱਚੇ ਨਾ ਅੱਜ ਤੱਕ ਸਾਨੂੰ ਮਾਪਿਆਂ ਨਾਲ ਵੀ ਵੱਧ ਸਮਝਦੇ ਆ ਸ਼ੁਰੂਆਤ ਪਹਿਲਾਂ ਇਸੇ ਚੀਜ਼ ਤੋਂ ਕਰਦੀ ਆ ਕਿ ਹੁਣੇ ਹੁਣੇ ਤੁਸੀਂ 12 ਮਾਰਚ ਨੂੰ ਆਪਣੀ ਜਿਹੜੀ 55ਵੀਂ ਵਰੇਗੰਢ ਆ ਉਹ ਮਨਾ ਕੇ ਹਟੇ ਹੋ ਹਨਾ ਕਿਵੇਂ ਮਨਾਇਆ ਉਸ ਦਿਨ ਨੂੰ ਲੌਕਡਾਊਨ ਦੇ ਵਿੱਚ ਕਿੰਨੀ ਮਨਾਈ ਜਾ ਸਕਦੀ ਹੈ ਫਿਰ ਵੀ ਜਿਹੜੇ ਦੋ ਚਾਰ ਦੋਸਤ ਮਿੱਤਰ ਸੀਗੇ ਘਰ ਇਕੱਠੇ ਹੋ ਕੇ ਗੱਪਸ਼ੱਪ ਪੁਰਾਣੀਆਂ ਗੱਲਾਂ ਯਾਦ ਕਰ ਲਈਆਂ ਬ੍ਰਜੇਸ਼ ਪੁੱਛਣ ਗਿਆ ਡਾਕਟਰ ਪੰਨੂ ਨੂੰ ਉਹ ਕਹਿੰਦੀ ਕਿੱਥੇ ਆ ਘਰ ਅਖੇ ਅੰਮ੍ਰਿਤਾ ਪ੍ਰੀਤਮ ਦੇ ਘਰ ਦੀ ਗਰਾਊਂਡ ਫਲੋਰ ਹੈ ਕਹਿੰਦੀ ਅੰਮ੍ਰਿਤਾ ਦੇ ਘਰ ਜਾ ਰਹੇ ਹੋ ਤੁਸੀਂ ਉਹ ਕਹਿੰਦੇ ਅੰਮ੍ਰਿਤਾ ਨੂੰ ਤਾਂ ਆਖੇ ਮੈਂ ਵੀ ਦੇਖਣਾ ਅਤੇ ਉਹ ਕਹਿੰਦਾ ਵੀ ਤੂੰ ਵੀ ਚਲੀ ਚੱਲ ਉਹ ਡਾਕਟਰ ਪੰਨੂ ਅਤੇ ਬ੍ਰਜੇਸ਼ ਭਾਟੀਆ ਉੱਧਰੋਂ ਅੰਮ੍ਰਿਤਾ ਦੇ ਘਰ ਪਹੁੰਚ ਕੇ ਇੱਧਰੋਂ ਮੈਂ ਵੀ ਅੰਮ੍ਰਿਤਾ ਦੇ ਘਰ ਪਹੁੰਚ ਗਿਆ ਅਤੇ ਮੈਂ ਉੱਥੇ ਬ੍ਰਜੇਸ਼ ਭਾਟੀਆ ਦੀ ਜਿਹੜੀ ਬੌਸ ਸੀ ਡਾਕਟਰ ਪੰਨੂ ਉਹਨੂੰ ਮਿਲਿਆ ਜਿਹੜੀ ਕਿ ਮੇਰੇ ਹੁਣ ਇਸ ਵੇਲੇ ਨਾਲ ਬੈਠੀ ਹੈ ਬਿਲਕੁਲ ਮੈਂ ਇਹੀ ਸੋਚ ਰਹੀ ਸੀ ਵੀ ਦੇਖੋ ਤੁਸੀਂ ਬਿਲਕੁਲ ਨਹੀਂ ਭੁਲੇਖਾ ਮਤਲਬ ਪੈਣ ਦਿੱਤਾ ਵੀ ਨਾਲ ਬੈਠੇ ਨੇ ਇਸ ਟਾਈਮ ਇਹ ਉੱਥੇ ਪਹਿਲੀ ਮੁਲਾਕਾਤ ਸਾਡੀ ਹੋਈ ਸੀ ਟੂ ਟੇਕ ਅ ਪ੍ਰੋਫੈਸ਼ਨਲ ਐਂਡ ਹਾਇਰ ਐਜੂਕੇਸ਼ਨ ਐਂਡ ਪ੍ਰੋਫੈਸ਼ਨਲ ਸੋ ਇਸ ਕਰਕੇ ਮੇਰਾ ਇਹ ਸੀਗਾ ਵੀ ਜੇ ਬੱਚਿਆਂ ਨੂੰ ਆਇਆ ਨੇ ਪਾਲਣਾ ਤਾਂ ਬਥੇਰੇ ਬੱਚੇ ਨੇ ਹਿੰਦੁਸਤਾਨ ਦੇ ਵਿੱਚ ਹੈ ਅਤੇ ਇਸ ਕਰਕੇ ਜ਼ਰੂਰੀ ਹੈ ਵੀ ਤੁਸੀਂ ਬੱਚੇ ਪੈਦਾ ਕਰਦੇ ਹੋ ਤਾਂ ਉਹਨੂੰ ਕੋਈ ਆਇਆ ਪਾਲੇ ਸੋ ਦੈਟ ਵਾਸ ਇਹਨਾਂ ਨੇ ਕਿਹਾ ਕਿ ਮੈਨੂੰ ਵੀ ਮੈਂ ਕੋਈ ਚੱਜ ਦੀ ਕਿਤਾਬ ਲਿਖ ਲਵਾਂਗਾ ਤਾਂ ਮੇਰਾ ਨਾਂ ਜ਼ਿਆਦਾ ਦੇਰ ਰਹੇਗਾ ਅਤੇ ਨਲਾਇਕ ਪੁੱਤਰ ਕੋਈ ਹੋ ਗਿਆ ਅਤੇ ਉਹ ਤਾਂ ਬਿਲਕੁਲ ਹੀ ਸੱਤਿਆਨਾਸ ਕਰ ਸ਼ਿਵ ਕੁਮਾਰ ਦੀ ਬਹੁਤ ਟੈਲੈਂਟ ਸੀ ਪਰ ਉਹਦੀ ਇਹ ਜਿਹੜੀ ਦਾਰੂ ਦੀ ਸੀ ਨਾ ਇਹ ਚੀਜ਼ ਲੈ ਡੁੱਬੀ ਉਸਨੂੰ ਵੀ ਸੋਸ਼ਲ ਵੇਖ ਰਹੇ ਹੋ ਤੁਸੀਂ ਮੈਂ ਰੁਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਮੁਹੱਬਤਨਾਮਾ ਵਿੱਚ ਜ਼ਿੰਦਗੀ 'ਚ ਵਿਆਹ ਇੱਕ ਖੂਬਸੂਰਤ ਅਹਿਸਾਸ ਹੋ ਸਕਦਾ ਹੈ ਪਰ ਉਦੋਂ ਜਦੋਂ ਤੁਸੀਂ ਆਪਣੀ ਜ਼ਿੰਦਗੀ ਲਈ ਸਹੀ ਹਮਸਫ਼ਰ ਦੀ ਚੋਣ ਕਰਦੇ ਹੋ ਇੱਕ ਸੱਚਾ ਹਮਸਫ਼ਰ ਤੁਹਾਡੀਆਂ ਖੁਸ਼ੀਆਂ ਨੂੰ ਦੂਣਾ ਅਤੇ ਤੁਹਾਡੇ ਦੁੱਖ ਨੂੰ ਅੱਧਾ ਕਰ ਦਿੰਦਾ ਹੈ ਇਹੋ ਜਿਹਾ ਹੀ ਇੱਕ ਖੂਬਸੂਰਤ ਜੋੜਾ ਜਿਨ੍ਹਾਂ ਦੀਆਂ ਦਹਿਲੀਜ਼ਾਂ ਦੇ ਉੱਪਰ ਅੱਜ ਅਸੀਂ ਆਏ ਹਾਂ ਉਹਨਾਂ ਦਾ ਨਾਂ ਹੈ ਗੁਲਜ਼ਾਰ ਸਿੰਘ ਸੰਧੂ ਅਤੇ ਮੈਮ ਸੁਰਜੀਤ ਕੌਰ ਸੰਧੂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 55 ਵਰੇ ਇੱਕ ਦੂਜੇ ਦੇ ਸਾਥ ਨਾਲ ਮੁਕੰਮਲ ਕੀਤੇ ਨੇ ਕਿਵੇਂ ਉਹਨਾਂ ਨੇ ਇੱਕ ਦੂਜੇ ਨੂੰ ਆਪਣੇ ਸਾਥੀ ਦੇ ਤੌਰ 'ਤੇ ਚੁਣਿਆ ਅਤੇ ਇਹ ਸਫ਼ਰ ਉਹਨਾਂ ਦਾ ਕਿਵੇਂ ਦਾ ਰਿਹਾ ਇਹ ਗੱਲਬਾਤ ਅੱਜ ਆਪਾਂ ਉਹਨਾਂ ਨਾਲ ਕਰਾਂਗੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਸ਼ੁਰੂਆਤ ਪਹਿਲਾਂ ਇਸੇ ਚੀਜ਼ ਤੋਂ ਕਰਦੀ ਹਾਂ ਕਿ ਹੁਣੇ ਹੁਣੇ ਤੁਸੀਂ 12 ਮਾਰਚ ਨੂੰ ਆਪਣੀ ਜਿਹੜੀ 55ਵੀਂ ਵਰੇਗੰਢ ਆ ਉਹ ਮਨਾ ਕੇ ਹਟੇ ਹੋ ਹਨਾ ਕਿਵੇਂ ਮਨਾਇਆ ਉਸ ਦਿਨ ਨੂੰ ਲੌਕਡਾਊਨ ਦੇ ਵਿੱਚ ਕਿੰਨੀ ਕੁ ਮਨਾਈ ਜਾ ਸਕਦੀ ਹੈ ਹਾਂਜੀ ਫਿਰ ਵੀ ਜਿਹੜੇ ਦੋ ਚਾਰ ਦੋਸਤ ਮਿੱਤਰ ਸੀਗੇ ਹਾਂਜੀ ਘਰ ਇਕੱਠੇ ਹੋ ਕੇ ਗੱਪਸ਼ੱਪ ਪੁਰਾਣੀਆਂ ਗੱਲਾਂ ਯਾਦ ਕਰ ਲਈਆਂ ਅਤੇ ਇਸ ਤਰ੍ਹਾਂ ਹੋ ਗਏ ਸੀ ਸਬੱਬ ਨਾਲ ਪਰ ਅੱਜ ਕੱਲ੍ਹ ਕਿਉਂਕਿ ਆਉਂਦਾ ਨਹੀਂ ਜਾਂਦਾ ਨਹੀਂ ਕਿਸੇ ਨਾਲ ਜੇ ਜਾਂਦਾ ਵੀ ਆ ਤਾਂ ਮੂੰਹ 'ਤੇ ਛਿੱਕੜੀ ਪਾਈ ਹੁੰਦੀ ਹੈ ਉਹ ਇਹ ਪਤਾ ਨਹੀਂ ਛਿੱਕੜੀ ਅਜੇ ਕਦੋਂ ਹਟਣੀ ਹੈ ਲੇਕਿਨ ਫਿਰ ਵੀ ਅਸੀਂ ਆਪਣੇ ਆਪਣੇ ਪੁਰਾਣੇ ਦਿਨ ਯਾਦ ਕਰ ਲਏ ਸੀਗੇ ਉੱਦਾਂ ਆਪਸ ਵਿੱਚ ਵੀ ਯਾਦ ਕਰ ਲਏ ਸੀ ਵੀ ਠੀਕ ਰਹਿ ਗਿਆ ਸਾਡਾ ਕਿ ਨਹੀਂ ਮੈਮ ਤੁਸੀਂ ਤੋਹਫ਼ਾ ਨਹੀਂ ਮੰਗਿਆ ਕੋਈ ਸਰ ਤੋਂ ਉਹ ਤੋਹਫ਼ੇ ਹੁਣ ਲੋੜ ਹੀ ਨਹੀਂ ਹੈਗੀ ਨਾ ਕੋਈ ਬਾਕੀ ਇਹ ਵੀ ਚੀਜ਼ਾਂ ਜਿਹੜੀਆਂ ਨੇ ਨਾ ਇਹ ਮੇਰਾ ਖਿਆਲ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਖਾਸ ਕਰ ਜੱਟਾਂ 'ਚ ਇਹ ਕਨਸੈਪਟ ਹੀ ਨਹੀਂ ਹੈਗੇ ਕਿ ਵੀ ਕੋਈ ਤੋਹਫ਼ੇ ਦੇ ਰਹੇ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਵੀ ਇਹ ਸੁਪਰਫਿਸ਼ਲ ਹੈ ਸਾਡੇ ਪਿੰਡਾਂ ਦੇ ਜਿਹੜੀ ਉਹ ਹੈਗੀ ਇਹਦੇ ਵਿੱਚ ਜਿਹੜੇ ਸੰਬੰਧ ਹੈਗੇ ਨੇ ਜਾਂ ਰਿਲੇਸ਼ਨਸ਼ਿਪ ਜਿਹੜੀਆਂ ਨੇ
ਇਹ ਡੀਪ ਰੂਟਡ ਨੇ ਉਹਦਾ ਦਿਖਾਵਾ ਨਹੀਂ ਹੁੰਦਾ। ਹਾਂਜੀ। ਅਤੇ ਗਿਫਟਾਂ ਗੁਫਟਾਂ ਜਿਹੜੀਆਂ ਨੇ ਤੋਹਫੇ ਸ਼ੋਫੇ ਅਤੇ ਦਿਖਾਵਾ ਹੈ, ਪਰ ਅੱਜ ਕੱਲ੍ਹ ਤਾਂ ਬਹੁਤੇ ਰਿਸ਼ਤੇ ਫਿਰ ਇਸ ਲਈ ਵੀ ਟੁੱਟ ਜਾਂਦੇ ਆ ਵੀ ਮੈਨੂੰ ਕੋਈ ਤੋਹਫਾ ਨਹੀਂ ਦਿੱਤਾ ਗਿਆ। ਇਹ ਵੀ ਦਿਖਾਵਾ ਨਹੀਂ ਦਿਖਾਇਆ, ਬਿਲਕੁਲ, ਮਤਲਬ ਸੱਚਾਈ ਤਾਂ ਉਹਦੇ ਵਿੱਚ ਵੀ ਹੈ ਨਹੀਂ ਨਾ ਫਿਰ। ਹਾਂਜੀ। ਜਦੋਂ ਇਸ ਦਿਨ ਤੁਸੀਂ ਸਵੇਰੇ ਉੱਠੇ ਤਾਂ ਇੱਕ ਦੂਜੇ ਨੂੰ ਫਿਰ ਕੀ ਕਹਿ ਕੇ ਵਿਸ਼ ਕੀਤਾ? ਇਹਨਾਂ ਨੂੰ ਤਾਂ ਯਾਦ ਵੀ ਨਹੀਂ ਸੀਗਾ, ਹੈ ਮੈਂ ਕਿਹਾ ਅੱਜ ਤਰੀਕ ਕੀ ਹੈ, ਕਹਿੰਦੇ ਉਹ ਸਾਡਾ ਤਾਂ ਮੇਨ ਹੀ ਹੁੰਦਾ ਕਿ ਬਈ ਹੈਂਡਸ਼ੇਕ ਕਰ ਲਿਆ ਬਸ, ਦੈਟਸ ਇਨਫ। ਵੈਸੇ ਸਰ ਤਾਂ ਕਹਿੰਦੇ ਵੀ ਮੈਂ ਇੱਕ ਦੋਸਤ ਦੀ ਡਿਊਟੀ ਲਾਈ ਸੀ ਉਸ ਦਿਨ, ਕਲਕੱਤੇ ਰਹਿੰਦੇ ਨੇ ਦੋਸਤ, ਵੀ ਮੈਨੂੰ ਅੱਜ ਤੋਂ ਵਿਆਹ ਵਾਲੇ ਦਿਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਕਰਵਾ। ਅਤੇ ਫਿਰ ਕੀ ਦੱਸਿਆ ਸਰ ਉਹਨਾਂ ਨੇ ਵਿਆਹ ਵਾਲੇ ਦਿਨ ਦਾ? ਉਹ ਮਨਮੋਹਨ ਕਾਲਮ ਹੈ, ਪੰਜਾਬੀ ਦਾ ਰਾਈਟਰ ਵੀ ਹੈ। ਹਾਂਜੀ। ਉਹਦਾ ਬਾਲ ਪਰਿਵਾਰ ਵਾਲਾ ਐਕਚੁਲੀ ਉਹਦਾ ਬੇਟਾ ਜਿਹੜਾ ਰਾਜਪਾਲ ਹੈ ਨਾ, ਉਹ ਪੰਜਾਬੀ ਟ੍ਰਿਬਿਊਨ ਦਾ ਜਿਹੜਾ ਐਡੀਟਰ ਅੱਜ ਕੱਲ੍ਹ ਸਵਰਾਜਵੀਰ, ਹਾਂਜੀ, ਉਹਦਾ ਬੈਚਮੇਟ ਵੀ ਰਿਹਾ ਪੁਲਿਸ ਵਿੱਚ। ਅਤੇ ਉਹ ਐਵੇਂ ਮੈਂ ਪੁੱਛ ਬੈਠਿਆ, ਮੈਂ ਕਿਹਾ ਤੈਨੂੰ ਕੁਛ ਯਾਦ ਹੈਗਾ ਉਦੋਂ ਦੀਆਂ ਗੱਲਾਂ? ਕਹਿੰਦਾ ਕਿਉਂ ਨਹੀਂ ਮੈਨੂੰ ਯਾਦ ਨੇ, ਕਹਿੰਦਾ ਤੂੰ ਮੇਰੀ ਡਿਊਟੀ ਲਾਈ ਸੀ ਕਿ ਸ਼ਿਵ ਕੁਮਾਰ ਬਟਾਲਵੀ ਨੂੰ ਲੈ ਕੇ ਆਉਣਾ। ਅਤੇ ਮੈਂ ਕਹਿੰਦਾ ਸ਼ਿਵ, ਮੈਂ ਗੁਰਦਾਸਪੁਰ ਹੁੰਦਾ ਸੀ, ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਲੈਣ ਗਿਆ। ਹਾਂਜੀ। ਉਹ ਅੱਗੋਂ ਮੈਨੂੰ ਕਹਿੰਦਾ, ਕਹਿੰਦਾ ਉਹ ਬਹੁਤ ਨਵਾਬ ਹੈ ਜਿਹੜਾ ਤੈਨੂੰ ਮੇਰੇ ਕੋਲ ਲੈਣ ਨੂੰ ਭੇਜਦਾ, ਅਤੇ ਮੈਨੂੰ ਤਾਂ ਉਹਨੇ ਕਿਹਾ ਹੀ ਨਹੀਂ ਅਜੇ ਤੱਕ। ਕਹਿੰਦਾ ਅਤੇ ਇਹ ਗੱਲ ਵੱਡੀ ਹੈ ਕਿ ਵੀ ਤੈਨੂੰ ਕਹੇ ਕਿ ਇਹ ਗੱਲ ਵੱਡੀ ਹੈ ਕਿ ਤੇਰੇ ਲੈਣ ਲਈ ਕਿਸੇ ਨੂੰ ਭੇਜੇ। ਅਤੇ ਕਹਿੰਦਾ ਮੈਂ ਅਸੀਂ ਉਹਨੂੰ ਮਨਾਇਆ ਅਤੇ ਤੁਰ ਪਿਆ। ਫਿਰ ਸ਼ਿਵ ਦਾ ਜਿੱਦਾਂ ਦਾ ਹਾਲ ਹੁੰਦਾ ਸੀਗਾ, ਕਿਉਂਕਿ ਉਹ ਸਵੇਰ ਤੋਂ ਹੀ ਦਾਰੂ ਪੀਣੀ ਸ਼ੁਰੂ ਕਰ ਦਿੰਦਾ ਸੀ, ਸ਼ਾਮ ਤੱਕ ਪੀਂਦਾ ਰਹਿੰਦਾ ਸੀ। ਅਤੇ ਕਿਤੇ ਤਰਨ ਤਾਰਨ ਕੋਲ ਆ ਕੇ ਜਿੱਥੋਂ ਦਾਰੂ ਦਾ ਪੈਗ ਲਿਆ, ਉੱਥੇ ਕਹਿੰਦਾ ਮੈਂ ਉਹਨੂੰ 100 ਦੀ ਦੱਥੀ ਦੇ ਦਿਓ, 100 ਰੁਪਏ ਦਾ ਨੋਟ ਉਹਨੂੰ ਦੇ ਦਿੱਤਾ। ਹਾਂਜੀ। ਅਤੇ ਉਹਦੇ ਕਹਿੰਦਾ ਪੂਰੀ ਦੱਥੀ ਲਈ 1-1 ਰੁਪਏ ਵਾਲੇ 100। ਅਤੇ ਕਹਿੰਦਾ ਉਹ ਲੈ ਕੇ ਜੇਬ 'ਚ ਪਾ ਲਿਆ ਅਤੇ ਨਾਲੇ ਪੈਗ ਲਾ ਲਿਆ। ਜਦੋਂ ਕਹਿੰਦਾ ਉੱਥੇ ਬਰਾਤ 'ਤੇ ਪਹੁੰਚਿਆ, ਇਹ ਮੈਨੂੰ ਨਹੀਂ ਸੀ ਪਤਾ, ਇਹ ਹੁਣ ਐਤਕੀ ਦੱਸੀਆਂ ਉਹਨੇ ਗੱਲਾਂ। ਅੱਛਾ ਜੀ। ਕਹਿੰਦਾ ਜਦ ਉੱਥੇ ਪਹੁੰਚਿਆ ਅਤੇ ਪਹੁੰਚਦਿਆਂ ਸਾਰ ਹੀ ਉੱਥੇ ਉਹ ਜਿਹੜੇ 1-1 ਰੁਪਏ ਦੇ ਨੋਟ ਸੀ ਖਿਲਾਰਨੇ ਸ਼ੁਰੂ ਕਰਤੇ। ਕਹਿੰਦਾ ਮੈਂ ਉਹਨੂੰ ਕਿਹਾ ਵੀ ਪਾਗਲ ਨਾ ਬਣ, ਅਜੇ ਤਾਂ ਬਰਾਤ ਆਪਾਂ ਘਰ ਵਾਲਿਆਂ ਦੇ ਘਰ ਵੀ ਨਹੀਂ ਪਹੁੰਚੇ। ਕਹਿੰਦਾ ਮਸੀਂ ਉਹਨੂੰ ਹਟਾਇਆ, ਨਹੀਂ ਤਾਂ ਬਾਹਰੇ ਉਹ ਕਹਿੰਦਾ ਜਿੱਥੇ ਨਿਆਣੇ ਖੜ੍ਹੇ ਸੀ ਨਾ, ਗੁਆਂਢ ਆਇਆ ਵੀ ਬਹੁਤ ਲੇਟ ਸੀ ਗੁਆਂਢੀਆਂ ਦੇ, ਉੱਥੇ 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 ਵਖੇਰਨੇ ਸ਼ੁਰੂ ਕਰਤੇ ਉਹਨਾਂ ਨੂੰ ਸਿੱਟਣ, ਨਿਆਣੇ ਹੁੰਦੇ ਆ ਨਾ ਐਵੇਂ ਵਿਆਹ ਦੇਖਣ ਆਏ ਹੋਏ ਵੀ ਉਹ ਚੁੱਕ ਲੈਣ। ਅਤੇ ਇਸ ਤਰ੍ਹਾਂ ਕਰਕੇ ਉਹ ਮੇਰੇ ਕੋਲ ਪਹੁੰਚਿਆ ਸੀ। ਇਹ ਗੱਲ ਮੈਨੂੰ ਉਹਨੇ ਉਦੋਂ ਦੱਸੀ। ਫਿਰ ਕਹਿੰਦਾ ਵੀ ਇਹ ਪਤਾ ਕਰਕੇ ਤੇ ਨਾ ਕਿਤੇ ਦਾਰੂ ਵੀ ਹੋਣੀ ਹੈ। ਕਹਿੰਦਾ ਫਿਰ ਮੈਂ ਪਤਾ ਕੀਤਾ ਅਤੇ ਇੱਕ ਕਮਰੇ ਵਿੱਚ ਦਾਰੂ ਦੀਆਂ ਬੋਤਲਾਂ ਰੱਖੀਆਂ ਹੋਈਆਂ ਸੀ। ਕਹਿੰਦਾ ਫਿਰ ਉੱਥੇ ਚਲਾ ਗਿਆ, ਉੱਥੇ ਜਾ ਕੇ ਫਿਰ ਪੀਣ ਲੱਗ ਗਿਆ। ਸ਼ਿਵ ਕੁਮਾਰ ਦੀ ਬਹੁਤ ਟੈਲੈਂਟ ਸੀ, ਪਰ ਉਹਦੀ ਇਹ ਜਿਹੜੀ ਦਾਰੂ ਦੀ ਸੀ ਨਾ, ਇਹ ਚੀਜ਼ ਲੈ ਡੁੱਬੀ ਉਸਨੂੰ। ਮੈਂ ਮੇਰਾ ਮਿੱਤਰ ਵੀ ਰਿਹਾ ਮੇਰੇ ਵਿਆਹ 'ਤੇ ਆਇਆ, ਅਫਕੋਰਸ ਵਿਆਹ 'ਤੇ ਆ ਕੇ ਵੀ ਜਦ ਆਨੰਦ ਕਾਰਜ ਹੋਇਆ ਤਾਂ ਉਹਨੇ ਕਿਹਾ ਵੀ ਹੁਣ ਰਾਤ ਨੂੰ ਤਾਂ ਕੋਈ ਸੁਣ ਨਹੀਂ ਸਕਿਆ ਕਿ ਪਹੁੰਚਿਆ ਨਹੀਂ ਉਹ ਵੇਲੇ ਸਿਰ। ਹਾਂਜੀ। ਅਤੇ ਆਨੰਦ ਕਾਰਜ ਵੇਲੇ ਕਿਸੇ ਨੇ ਕਿਹਾ ਕਿ ਵੀ ਅਸੀਂ ਸ਼ਿਵ ਕੁਮਾਰ ਨੂੰ ਸੁਣਨਾ, ਉੱਥੇ ਉਹ ਬੜੀ ਚੰਗੀ ਲੈਅ ਦੇ ਵਿੱਚ ਉਹ ਗਾਉਣ ਲੱਗ ਗਿਆ, ਤੀਆਂ ਦੇ ਦੁੱਖ ਡਾਢੇ ਵੇ ਲੋਕਾਂ ਉਹ ਲੂਣਾ ਵਿੱਚੋਂ, ਮੈਂ ਇਹਨਾਂ ਨੂੰ ਜੰਮਦੀਆਂ ਨੂੰ ਮਾਰ ਦਿਓ। ਫਿਰ ਬੁੜੀਆਂ ਸਾਰੀਆਂ ਰੋ ਹੰਝੂ ਵਗੀ ਜਾਣ ਸਾਰਿਆਂ ਦੇ। ਅਤੇ ਜਦੋਂ ਉਹਨੇ ਬੰਦ ਕੀਤਾ, ਫਿਰ ਸੇਖੋ ਸਾਹਿਬ ਨੇ ਕਿਹਾ, ਕਹਿੰਦਾ ਇਹ ਕਵੀ ਦਾ ਖਿਆਲ ਹੈ, ਮੇਰੀਆਂ ਤਾਂ 5 ਧੀਆਂ ਨੇ, ਮੇਰੀਆਂ ਤਾਂ ਧੀਆਂ ਮੈਨੂੰ ਬੜਾ ਸੁੱਖ ਦਿੰਦੀਆਂ, ਅੱਜ ਕੱਲ੍ਹ ਤਾਂ ਧੀਆਂ ਮਰਦਾਂ ਦੇ ਮੋਢੇ ਨਾਲ ਮੋਢਾ ਡੱਕ ਕੇ ਚੱਲਦੀਆਂ ਨੇ। ਇਹ ਕਹਿੰਦਾ ਇਹ ਇਹਨਾਂ ਪਿੱਛੇ ਨਾ ਤੁਸੀਂ ਕਹਿੰਦਾ ਹੰਝੂ ਪਾਓ, ਕਹਿੰਦਾ ਇਹ ਕਵੀ ਦਾ ਖਿਆਲ ਹੈ। ਫਿਰ ਸੇਖੋ ਸਾਹਿਬ ਨੇ ਇੱਦਾਂ ਚਿੱਠੀ ਪਾਈ ਉਹਦੇ 'ਤੇ। ਤੁਹਾਡੇ ਬਾਰੇ ਕਿਸੇ ਨੇ ਲਿਖਿਆ ਸੀ, ਕਹਿੰਦੇ ਵੀ ਵਿਆਹ ਬਹੁਤ ਲੇਟ ਹੋਇਆ ਪਰ ਸਾਥ ਬਹੁਤ ਖੂਬਸੂਰਤ ਹੈ, ਹੈ ਨਾ, ਅਤੇ ਮੈਮ ਬਾਰੇ ਮਤਲਬ ਬਹੁਤ ਸੋਹਣੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਸੀ। ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇੱਕ ਦੂਜੇ ਨੂੰ ਚੁਣਿਆ ਕਿਵੇਂ? ਚੁਣਨੇ ਦਾ ਚਲੋ ਮੈਂ ਦੱਸ ਦਿੰਦਾ। ਹਾਂਜੀ। ਉਹ ਇੱਦਾਂ ਹੈ ਕਿ ਵੀ ਮੈਂ ਇੱਥੋਂ ਜਦੋਂ ਦਿੱਲੀ ਗਿਆ ਨਾ, ਤਾਂ ਮੈਂ ਉੱਥੇ ਜਾ ਕੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਵਿੱਚ MS ਰੰਧਾਵਾ ਦੇ ਕੋਲ ਸਬ ਐਡੀਟਰ ਲੱਗਿਆ ਸੀ। ਉੱਥੇ ਇੱਕ ਮੈਂ ਸਬ ਐਡੀਟਰ ਸੀ ਪੰਜਾਬੀ ਦਾ, ਇੱਦਾਂ ਹੀ ਤਾਮਿਲ ਦਾ ਵੀ ਸੀ, ਤੈਲਗੂ ਦਾ ਵੀ ਸੀ, ਬੰਗਾਲੀ ਦਾ ਵੀ, ਮਰਾਠੀ ਦਾ ਵੀ, ਸਬ ਐਡੀਟਰ ਵੱਖਰੇ ਵੱਖਰੇ ਸੀ।
एक सब एडिटर हिंदी का होंदा सी ब्रजेश भाटिया, हाँ जी, वो साढ़े को पंजाबी तमिल तेलगू वाले तो कोई ओपनिंग अगे है नहीं सी, क्योंकि हुण एडी वड्डी पोस्ट रीजनल लैंग्वेजिज़ की कौन उत्थे क्रिएट करता, लेकिन सेंट्रल गवर्नमेंट विच हिंदी की बड़ी पुछ पड़ती सी। हाँ जी, वो ब्रजेश जिहड़ा सी मेरा कोलीग, वो पहला रूरल डिवेलपमेंट मिनिस्ट्री विच जा लग्या बेसिक लिटरेचर का हैड होके, तो फिर वो एक उत्थे संस्था सी फैमिली प्लैनिंग एसोसीएशन ऑफ इंडिया, यही सी ना सुरजीत, फैमिली प्लैनिंग एसोसीएशन ऑफ इंडिया, उहदे विच जाके एडिटर लग गया। हाँ जी, ब्रजेश भाटिया, तो उत्थे उहदी बॉस जिहड़ी सी वो सी डॉक्टर पन्नू। अच्छा जी, डॉक्टर सुरजीत कौर पन्नू। हाँ जी, तो उहनू जद पता लग्या भी पन्नू भी जट हुंदे आ, तो वह मैनू कहिंदा मेरी बॉस जट्टी है। हाँ जी, मैं तैनू मिलाउणा चाहुंदा। मैं क्या कोई नहीं मिल लवांगे। वह फिर एक बार ये कहन लगा भी मैं तैनू मिलाउणा, फिर कोई मैनू ना वेल मिले जां उहनू ना वेल मिले मुलाकात हो ही नहीं सकी। अच्छा जी, फिर किते उही एसोसीएशन जे सी जिहड़ी फैमिली प्लैनिंग एसोसीएशन सी उहनां नूं दफ्तर लई अकोमोडेशन ज़्यादा चाहीदी सी, उह होर एक बिल्डिंग किराए ते लैणा चाहुंदे सी, तो ब्रजेश मैनू कहन लगा भी कोई दस भी कोई बिल्डिंग जे किते किराए ते मिलदी होवे। मैं कहा भी अमृता प्रीतम ने घर नवां बनाया, वो आप तो फर्स्ट फ्लोर ते रहिंदी है, तो ग्राउंड फ्लोर वो किराए ते देना चाहुंदी है। अच्छा जी, तो भी मैं तैनू दिखा लिया वो, तो उन्हें फिर अपनी बॉस डॉक्टर पन्नू तो पुछना सी भी मैं देखिया वा घर ना देखिया वा, क्योंकि अल्टीमेट फैसला तो डायरेक्टर ने करना सी, शी वॉज एक्टिंग डायरेक्टर देयर, उस वेले डायरेक्टर कोई है नहीं सी उत्थे। अच्छा जी, तो वो अपने ब्रजेश पुछण गया डॉक्टर पन्नू नू, वो कहिंदी कित्थे आ घर, है अमृता प्रीतम के घर की ग्राउंड फ्लोर है। कहिंदी अमृता के घर जा रहे हो तुसीं? वो कहिंदे अमृता नू तां आखे मैं भी देखना। हाँ जी, तो वो कहिंदा भी तू भी चली चल। वो डॉक्टर पन्नू तो ब्रजेश भाटिया उधरों अमृता के घर पहुँच गए, इधरों मैं भी अमृता के घर पहुँच गया। हाँ जी, तो मैं उत्थे ब्रजेश भाटिया की जिहड़ी बॉस सी डॉक्टर पन्नू उन्हूं मिलिया, जिहड़ी कि मेरे हुण इस वेले नाल बैठी है। बिल्कुल, मैं यही सोच रही सी भी देखो तुसीं बिल्कुल नहीं भुलेखा, मतलब पैण दित्ता भी नाल बैठे ने इस टाइम। उत्थे पहली मुलाकात साडी होई सी। हाँ जी, फिर असीं कदे पिकनिक ते, वो ब्रजेश भाटिया नूं बहुत सुभाअ सी, उहदा पिकनिक बड़े करदा हुंदा सी, कदे महरौली दे खंडरात विच, कदे मोहाली महरौली दे खंडरात विच, कुतुब दी लाट कदे किते, ते पिकनिक ते भी असीं फिर वो डॉक्टर पन्नू ने उहदे नाल आ जाना, ते इधरों मैं किते मिलना मिलदे रहे एक दूजे नूं। हाँ जी, काफ़ी साडी सांझ हो गई। फिर असल गल जिहड़ी होई है ना, वो इंडो पाक वार जिहड़ी 1965 विच होई है ना। हाँ जी, उहदे नाल होया साडा मेल। अच्छा जी, वो इदा सी कि जदों असी पाकिस्तान के बहुत सारे पिंड जित ले, वो जितते हुए पिंडां नूं देखण फिर बहुत लोग जाते सी। हाँ जी, दूर दूर तो कोई बॉम्बे तो भी आते सी लोग, कलकत्ते तो भी किहड़े पिंड ने जिहड़े असी जिते है, खासकर खेमकरन जिहड़ा पैट टैंक दा ग्रेवयार्ड मन्निया जांदा सी ना, खासकर जिथे पैट टैंक बहुत सुट्टे सी पाकिस्तान दे इन्हां ने, पाकिस्तान दे उन्हां नूं देखण जांदे सी, पिंडां नूं भी देखण जांदे सी। अच्छा जी, ते उह ब्रजेश मैनूं कहण लगा भी असीं जा रहे हैं बॉर्डर ते, भी तूं साडे नाल चल, भी बस किराए ते लै रही हैं असीं, भी बस विच तैनूं जगह दे दिंदे आ, भी तूं भी चल साडे नाल। मैं कहा भी मैं इहनां दी बस विच बैठ के क्यों जावां। मेरा एक दोस्त सी तारा सिंह कामल, वो पंजाबी दा बहुत अच्छा पोइट सी, गल भी बड़ी फुरदी सी उहनूं, ते मैं तारा सिंह नूं कहा, मैं कहा यार तूं बॉर्डर देखना, कहिंदा किद्दां जावांगे, मैं कहा मेरे मोटरसाइकिल ते, ते मैं और तारा सिंह फिर मेरे मोटरसाइकिल ते गए इत्थों उत्थों दिल्ली तों, ते मेरे पहलां मेरे पिंड रहे जाके रात, ते फिर अगले दिन असीं बॉर्डर ते पहुँच गए। ਇਹ ਇਹਨਾਂ ਨੂੰ ਇੰਨਾ ਕੁ ਤਾਂ ਸਾਡਾ ਮੈਂ ਜਾਣਦਾ ਹੀ ਸੀਗਾ ਡਾਕਟਰ ਪੰਨੂ ਨੂੰ ਕਿ ਵੀ ਉਹਨਾਂ ਦੇ ਘਰ ਜਾਇਆ ਜਾ ਸਕਦਾ, ਰਿਹਾ ਵੀ ਜਾ ਸਕਦਾ ਜੇ ਇੱਕ ਅੱਧੀ ਰਾਤ ਰਹਿਣੀ ਹੋਵੇ। ਹਾਂਜੀ, ਅਤੇ ਉੱਥੇ ਪਹੁੰਚੇ ਤਾਂ ਉਦੋਂ ਤਾਂ ਹੀ ਇਹਨਾਂ ਦੀ ਬੱਸ ਜਿਹੜੀ ਸੀ ਉਹ ਵਾਪਸ ਆ ਚੁੱਕੀ ਸੀ, ਇਹ ਉੱਥੇ ਉਹ ਡਾਕਟਰ ਪੰਨੂ ਹਾਂਜੀ ਉੱਥੇ ਓਵਰ ਸਟੇਅ ਕਰ ਗਏ ਸੀ ਵੀ ਮੈਂ ਹਫ਼ਤੇ ਕੁ ਬਾਅਦ ਆਊਂਗੀ। ਅੱਛਾ ਜੀ,
तो असी क्या भी असी तो पिंड देखण जाणा है तो भी सानू राह दसो किहड़े किहड़े रूट ते जाइए। मैं और तारा सिंह कामल ने कहा तो तारा सिंह कहिंदा तारा उदों पहली रात डॉक्टर पन्नू दे जिहड़े ब्रदर सी ना 7-8 साल वड्डे सी वीर जी कहिंदे सी असी उहनां नूं गुरबचन सिंह वह भी ड्रिंक वगैरह के बड़े शौकीन सी वो तारा सिंह ते असी ड्रिंक वगैरह की तारा सिंह दियां गल्लां उहनां नूं बहुत पसंद आईयां। वो कहिंदे मैं तुहानूं खुद लैके जाऊँगा। उन्होंने अपना मोटरसाइकिल कढ लिया साढ़े कोल मेरा मोटरसाइकिल सी ते वो कहिंदे भी तारा सिंह नूं तां मैं बिठाऊँगा अपने नाल क्योंकि भैण नाल की गल्लां करदा जांदा। तारा सिंह दियां गल्लां दे उत्तों बहुत इंप्रैस सी उहने तारा सिंह नूं अपने मोटरसाइकिल दे पिछे बिठा लिया ते अपनी भैण नूं डॉक्टर पन्नू नूं मेरे मोटरसाइकिल दे पिछे बिठा दिता। ते उस सफ़र विच असीं एक दूजे दे फिर ज़्यादा वाकफ हो गए। इन्हां दे कोई रिश्तेदार सीगे उत्थे इन्हां दी स्टेप मदर रहिंदी सीगी अमृतसर उहदे घर भी गए ते उत्थे भी इदां ही गए। मेरा कहण दा मतलब है कि वह सफ़र जिहड़ा ना फिर साडा एक दूजे असीं ज़्यादा नेड़े हो गए। वापस आ के फिर मैं डॉक्टर पन्नू ने एक दिन कहा मैं क्या भी तू मैरिज नहीं शी वाज 36 ऑलरेडी आई वाज 32 ते मैं क्या मैरिज नहीं करानी। कहिंदी ने मैं तो मैरिज कराने का फैसला नहीं किया भी मैं तो नहीं करानी नहीं है। मैं क्या भी सोच लो भी मैं कराने तैयार हाँ तो ये कहते फिर मतलब 2-4 होर गल्लां तो बाद या 10 गल्लां तो बाद इन्होंने कहा भी मेरे वीर जी नूं पुछना पऊगा तुहानूं। फिर उही गुरबचन सिंह पन्नू जिहड़े इन्हां सानूं बॉर्डर ते लैके गए सी वो जदों दिल्ली आए मैं दिल्ली उन्हां नूं इनवाइट कीता अपने घर इनवाइट कीता ते उत्थे फिर मैं कहा भी मैं मैरिज कराउणा चाहुंदा तुहाडी सिस्टर नाल। वो कहिंदे बिल्कुल ठीक है। फिर दैट्स हाउ वी सैटल्ड मैरिंग ईच अदर। बाकी इन्हां तों पुछ लो जे कोई। मैम तुसीं जदों पहली बार इन्हां नूं मिले सी किवें लग्गिया सी तुहानूं? कोई मतलब क्योंकि मेरी प्रोफेसनल लाइफ के बीच तो बड़े लोगों मिलीदा सी बड़े फ्रॉम डिफरेंट स्टेट्स फ्रॉम डिफरेंट प्लेसिस क्योंकि असी ट्रेनिंग प्रोग्राम ऑर्गेनाइज करते सी रिसर्च प्रोजेक्ट सी कॉन्फ्रेंसिस मीटिंग्स वगैरह क्योंकि गवर्नमेंट ऑफ इंडिया दी फैमिली प्लैनिंग डिपार्टमेंट नवा ही खुलिया होया सी ते उहदे हेठां ट्रेनिंग प्रोग्राम सीगे जिहड़े असी करते। सो इस करके किसी भी अजनबी दे नाल मिलना कोई अबनॉर्मल चीज़ नहीं सीगी। बाकी यह हैगा कि उहदे बाद जदों असी एक दूसरे नूं मतलब ज़्यादा वाकफ हो गए या जिवें तुहानूं दस्सिया कि भई मिलदे रहे ब्रजेश दे थ्रू ते बाद दे विच इह फिर साडे घर भी आ जांदे सी। सो इट नैवर अकर टू मी कि भई बट देर आर सर्टन थिंग्स के जरिया मैं इन्हां दियां ऑब्जर्व कीतियां कि भई इन्हां नूं कोई फूड फैट्स नहीं हैगे कोई कपड़िया कुपड़िया का कोई ना अपना ना दूसरिया का कोई विचार हैगा। तो जदों ये थोड़ी जी गड़बड़ कर गए ने कि भी है कि ब्रजेश पाठिया साढ़े उतों छुट्टी लिया के छड़ के तो वो बैंकॉक चला गया सी। अच्छा उतों जाके उन्हें की किया कि अपनी वाइफ दे लई इन्हां दे कोल एक मल्टीपल कलर डायल दी घड़ी भेजी। अच्छा ते ओ घड़ी दा पार्सल ते इन्हां नूं मिल गया उहदी चिट्ठी नहीं मिली। अच्छा इन्हां ने जिस वेले ओह पार्सल खोलिया ओह घड़ी देखी ओह लिया के ਜਿਹੜਾ ਇਹਨਾਂ ਨੇ ਪ੍ਰਪੋਜ਼ ਕੀਤਾ ਬੜੀ ਮੈਨੂੰ ਦੇ ਕੇ ਨਿਊ ਈਅਰ 'ਤੇ ਅਤੇ ਮੈਨੂੰ ਪ੍ਰਪੋਜ਼ ਕਰਤਾ ਅਤੇ ਮੈਂ ਫਿਰ ਕਿਹਾ ਤਾਂ ਮੈਂ ਕਿਹਾ ਤੁਸੀਂ ਵੀਰ ਜੀ ਨੂੰ ਪੁੱਛਣਾ ਪਏਗਾ ਹੈ ਅਤੇ ਇੰਨੇ ਚਿਰ ਨੂੰ ਉਹਦੀ ਚਿੱਠੀ ਆ ਗਈ ਉਹਨੇ ਆਪਣੀ ਵਾਈਫ ਨਹੀਂ ਭੇਜੀ। ਫਿਰ ਮੈਂ ਕਿਸੇ ਨੂੰ ਕਹਿ ਕੇ ਸਿੰਗਾਪੁਰ ਤੋਂ ਉਹਦੇ ਨਾਲ ਦੀ ਘੜੀ ਮੰਗਵਾ ਕੇ ਫਿਰ ਉਹਦੀ ਵਾਈਫ ਨੂੰ ਘੜੀ। ਮਤਲਬ ਬ੍ਰਜੇਸ਼ ਭਾਟੀਆ ਉਹਨਾਂ ਦਾ ਬੜਾ ਵੱਡਾ ਰੋਲ ਹੈ ਇਸ ਸਾਡਾ
वो साडा बड़ा क्लोज फ्रेंड है दोनों का अजे तक हुण इस वेले वो सैटल हो गए ने अमेरिका दे विच इत्थों मकान भी बेच गए आ मेरीयां बहुत सारीयां पर साडा संपर्क रहंदा है बहुत सारीयां पेंटिंग्स वगैरह मेरे कमरे च ओदियां ही लगियां होईयां अच्छा क्योंकि वो जदों जाण लग्या ते मैं बाय चांस उत्थे गया होया सी कहिंदा मैं हुण घर दीयां सारीयां चीजां लुटा रहा अच्छा जिहड़ी जिहड़ी चीज चुकनी है चुक लै अठ दस चीजा जिहड़ियां मेरी कार भी आ सकदियां सी मैं उस वेले कार च रख रही हां ओदियां चीजा इत्थे लटकदियां ने आप दिल्ली हैगा अमरीका पर ओदे नाल टेलीफोन ते संपर्क रहिंदा हाले भी हां जी उहनां दे थोड़े घुटनिया दी प्रॉब्लम आई हुई है मियां बीवी दे ओदी वाइफ दा नाम सुमित्रा है हां जी ते ओह सुमित्रा दे वी ते ब्रजेश दे वी अदरवाइज ठीक ने नंबर नौ ने बाकी हैगा कि जिस तरह लाइफ में बड़ा कुछ होता मेरा तो यही फैसला सीगा कि मैं नहीं मैरिज करानी हां जी मेरे मदर मेरे कोल रहंदे सीगे सो जिस वेले इन्होंने प्रपोज किया तो उसके बाद मतलब मैं कह भी मेरी उसे सर्टन कंडीशंस ने कहंदे कि मैं कह कि मेरे मदर मेरे कोल रहेंगे कहंदे परफेक्टली ऑल राइट मैं कह दूसरा बच्चों का आई एम नॉट इंटरस्टिड क्योंकि तुहानू पता रूरल बैकग्राउंड तो मैं अपनी फैमिली च पहली सी जड़ी के डॉक्टर बनी सी मेरे भुआ जी डॉक्टर बनना चाहते सी तो उन्होंने नहीं सी बनन दिता गया हाँ हालांकि साड़ी फैमिली दे विच कुड़ियां दी एजुकेशन मेरे भुआ जी उस जमाने च अठवीं पास सी छोटे भुआ जी बारहवीं पास सी गए तो जो डॉक्टर बनना चाहते उन्होंने नहीं सी बन दिता गया सो इट वॉज़ अ बिग चैलेंज फॉर मी टू अपना टू टेक अ प्रोफेसनल एंड हायर एजुकेशन एंड प्रोफेसनल सो इस करके मेरा ये सीगा भी जे बच्चों आया ने पालना है तो बथेरे बच्चे ने हिंदुस्तान दे विच बिल्कुल तो इस करके जरूरी है भी तुसी बच्चे पैदा कर दियो तो उन्हों कोई आया पाले सो दैट्स व्हाई दैट वाज इन्होंने कहा कि मैनू भी मैं कोई चज दी किताब लिख लवांगा तो मेरा नाम ज़्यादा देर रहेगा तो नलायक पुत्र कोई हो गया तो वह तो बिल्कुल ही सत्यानाश कर बिल्कुल एक अलग सोच आ जड़ी मैनू है ना पहली बार ही सुनने मिली अज शुरुआत सर जिवें तुसी जो दस्या मैम दे तो चलो तुसी भरा नाल गल कर ली है ना तुसी शुरुआत च जदों घरे दस्या क्योंकि उम्र इन्हां दी तुहाडे नाल वड्डी सीगी मैं तो उस वेले पता ही नहीं सीगा कि उम्र दा ओह क्वेश्चन ही नहीं सी क्योंकि ये हुण इस वेले ते दाढ़ी थोड़ी ट्रिम कीती होई है ना थोड़ी थोड़ी जी वड्डी सी हुंदी सी इहदे नालों ते ट्रिम ते उदों भी कटदे सीगे है ते ये अपनी उम्र नालों थोड़े बड़े लगते सी अच्छा मैं अपनी उम्र नालों शायद थोड़ी छोटी लगती सी सो बाकी है का कि 25-26 साल दे बाद उम्र दा कोई फर्क हुंदा ही नहीं मैनू भी नहीं थी पता ये तो बाद उम्र दी गल ता बाद बाद ये तो क्योंकि पता ही नहीं सीगा अच्छा पहली गल होर तो अंदर सा संधू तो इन्होंने हुण वरतना शुरू किया ब्रजेश इन्हां नूं गुलजार गुलजार कहिंदा सी गल खत्म है तो मैं सैसी नहीं किया कि भी इन्ना ये संधु अगे ने तो मेरे को मेरिया कजनस रहिंदियां हुंदियां सी तो मैं सोचा भी ये जड़ा आंदे ने प्रॉब्ली कम्स बिकॉज ऑफ दोस यंग वो एक दिन तो विआह होके जा चुका सी उदों तक तो एक अजे साढ़े कोल सीगी मेरे कोल सीगी पढ़दी सीगी तो मैं क्या शायद उसके लिए आने मगरों पता लगा तो वो मेरे मामा जी की लड़की सी संधु कि भी ये तो संधु संधु ने संधु संधु ना मैरिज नहीं थी हो सकती उदा ही ताही तो नहीं फिर तुसी बदल के इन्हां नूं चुन लिया नहीं उन्हें इतने ब्याह नहीं होना कह सकते फिर मैं ये सी कि भाई चलो वो अमरीका होंगी है जी वी भैन सी ना अच्छा वो अमरीका चली गई थी मेरे मैं उन्होंने मिलया तो है खुशदीप सी वह नाम हैगा खुशदीप हैगी अजे भी पिछले दिनों में आने की सोच रही है तक लॉकडाउन करोना नहीं आने दे रहा दूजी जी इतें होंगी है मोहाली मोहाली ओदा विआह फिर मैं करवाया सी अपने दोस्त नाल कॉमरेड सी बहुत वड्डा उन्हें नेता जी कह के बुलाते हरदयाल वह मोहाली होंगी है हूँ भी गल हारती है चौथे वह होंगी रही है तो साडा इस करके कोई बहुता रहा नहीं आपस में ही
ये जरूर एक लकीली, हालांकि असी दोनों गवर्नमेंट सर्विस सीगे, इहदी पोस्ट भी बहुत ही ट्रांसफरेबल नहीं सी, मेरी भी ट्रांसफरेबल नहीं सी, तो असी दिल्ली रहे कट्ठे। उहदे विचों सिर्फ मैं 2 साल लई एग्रीकल्चर यूनिवर्सिटी गया सी कम्युनिकेशन सेंटर का हैड बन के, 2 साल बाद वापस आ गया सी। सुरजीत दा इह हुंदा सीगा कि भी हुण तो मैं सुरजीत कह सकदा, डॉक्टर पन्नू दा इह हुंदा सी कि भी इहनूं, क्योंकि शी वाज काफ़ी हाई अप इन हर प्रोफेशन, तो बहुत फॉरेनर्स भी जानते सी, फॉरेनर्स भी कॉन्टैक्ट भी आते रहते सी। वो फिर फॉरेनर इन्हों कई बार असाइनमेंट्स भी फॉरेन कंट्रीज दियाँ मिलियाँ, तो इन्हें कई बार 2 महीने लिए चले जाना, महीने लिए चले जाना। अच्छा, जितों तक हो स हुंदा मैं भी अपना छुट्टी लैके मगर चला जाता। दो दा तां मैनूं चंगी तरह पता है। एक बारी ये मालदीव थले जाए पैंदा ना हिंदुस्तान दे, मालदीव दे विच 2 महीने लई गए कंसल्टेंट बन के सुरजीत। अच्छा जी। कंसल्टेंट बन के गई ते मैं कहा भी मैं भी जाना फिर पिछे, वो क्योंकि इन्हें तो फटाफट जाना सी ते चले गए, तो मैनूं फिर बाद विच जाके ज्वाइन करना सी, पासपोर्ट दिखाउणा पैंदा, बनना पैंदा। वो बनाउंदिया बनाउंदिया देर लग गई, फिर मैं लेट ज्वाइन किया, मैं 15 दिन बाद उत्थे ज्वाइन किया, तो मैं फिर 1.5 महीना इन्हां दे कोल उत्थे मालदीव रहा, सुरजीत कोल उत्थे ही उसे। तो इस तरह एक बारी इन्हां दी पोस्टिंग हो गई अंडेमान दी। अच्छा, पोस्टिंग नहीं सी, वो भी एक साड़ी टीम गई सी मेडिकल, हाँ सच मेडिकल टीम गई सी। तो मैं कहा भी मैं भी अंडेमान जाना, अंडेमान नवा एरिया सी, तो उत्थे भी उस वेले हवाई जहाज जेड़ा वो रंगून टच करके जाता सी। अच्छा जी। तो वो रंगून टच करके फॉरन वीज़ा चाहिए सी तुहानू रंगून का, इन्हों का सरकारी होने करके वीज़ा फटाफट लग गया, मेरा लग्या ही ना, मैं जाके फस गया उत्थे की ओदा ना कैलकटा, ये तो कलकत्ते तो फटाफट हवाई जहाज चढ़े, तो इन्होंने तो टीम के नाल जाना ही सी। फस असी भी गए सी, वो सी कि साड़ी सरकार भुल गई कि उहदे नाल अग्रीमेंट करनी है रंगून वालिया नाल, ते ओ रंगून वालिया ने फिर बंद कर दिता सीगा, है ते ओ ए सीगा फिर जहाज़ नूं उत्थों फिर तो लैना पैंदा सीगा, फिर जदों क्योंकि उत्थों दा सैकटरी जिहड़ा सी चीफ सैकटरी जिहड़ा सी ओ इंचार्ज सीगा अंडमेंस दा, ओ आया होया सीगा दिल्ली। अच्छा, दिल्ली आया होया सी, ओ टीम ने ही वाज़ वेरी कीन कि टीम जावे, फिर वो सानू साढ़े नाल ही वेंट टू कैलकटा, कैलकटा तो जहाज हुण उत्थे रंगून जा नहीं सी सकदा, फिर वो स्पेशली प्लेन दे विच सिर्फ असी लोकी सीगे, ते वो चीफ सैकटरी सीगा, ते एक्स्ट्रा पेट्रोल लोड भर के ना फिर असी उत्थे अंडेमन पहुँचे, ते इन्हां दा आ गया कि इन्हां नूं बाय सी आना पिया, जिहदे 3 दिन लगते ने, पहला तो काफ़ी दिनों बाद बुकिंग हुई, वो भी दसो। फिर मैं बैठा रहा कलकत्ते उड़ीकदा रहा, तो वह कहते जी यदि बुकिंग जी है उत्थों होएगी अंडेमान तो होनी सी, तो अंडेमान तो बुकिंग मेरी हो गई, तो मैं पहुँच गया उत्थे हवाई समुद्री जहाज फड़न वास्ते, उत्थे मैनू एंटर ना करन देण। कहिंदे जी ओह ओह तां कोई लेडी लई बुकिंग हुई है, मिसेज संधू लई। अच्छा जी। हैं, मैं क्या मिसेज संधू ने बुकिंग कराई है, कराई मेरे लई है। कहिंदे नहीं जी, वो तो मिसेज संधू आप तो आदमी है, वो तो कोई मिसेज संधू है, मिसेज संधू तो ऑलरेडी उत्थे मैं क्या बैठी है। वो बड़ी मुश्किल नाल उन्हूं मैं कन्विंस किया, तो उन्हूं दस्या भी मैं इदा इदा बैठा, तो वह कहिंदे चलो जे आखिरी दम ते भी कोई होर मिसेज संधु आ गई ना अभी तुहानू उतार देना। मैं क्या आ गई तो मैं उतार दियो, मैं उहदे विच फिर बह गया समुद्री जहाज। 3 दिन लगे मैंने उत्थे पहुंचण ते, उदों ही इन्हां दा तकरीबन आउट दा टाइम होया होया सी। नहीं नहीं, असीं अगे जाना सी ना अंडमान, प्रॉपर जिहड़ा पोर्ट ब्लेयर है उहनां दा कैपिटल, उस तों बाद असीं नॉर्थ अंडमान जाना सीगा, हैं ते असीं नैक्सट डे लीव करना सी नॉर्थ अंडमान, ये उत्थे पहुँचे, है
ਇਹ ਫਿਰ ਇਹ ਉੱਥੇ ਰਹੇ ਸੀ, ਨੌਰਥ ਅੰਡਮਨ ਚਲੇ ਗਏ। ਉਹਦੇ ਬਾਅਦ ਫਿਰ ਨਹੀਂ ਸ਼ਾਇਦ ਸਾਡੇ ਹੁੰਦੇ ਤੁਸੀਂ ਪਹੁੰਚ ਗਏ ਸੀਗੇ ਨੌਰਥ ਅੰਡਮਨ। ਤੁਸੀਂ ਉਦੋਂ ਮੇਰੇ ਪਹੁੰਚਣ 'ਤੇ ਇੱਕ ਦਿਨ ਇਕੱਠੇ ਰਹੇ ਆਪਾਂ ਪੋਰਟ ਬਲੇਅਰ, ਇੱਕੋ ਹੀ ਦਿਨ। ਅਤੇ ਇਹ ਫਿਰ ਨੌਰਥ ਅੰਡੇਮਾਨ ਚਲੇ ਗਏ, ਮੈਂ ਸਾਊਥ ਅੰਡੇਮਾਨ, ਕਿਉਂਕਿ ਉਹ ਫਿਰ ਮੈਨੂੰ ਸੂਟ ਨਹੀਂ ਸੀ ਕਰਦਾ ਹੋਰ ਕੋਈ, ਇਹਨਾਂ ਨੂੰ ਵੀ ਹੋਰ ਕੋਈ ਤਰੀਕਾ ਸੂਟ ਨਹੀਂ ਸੀ ਕਰਦਾ। ਮੈਂ ਫਿਰ ਦੇਖਣਾ ਸਾਰਾ ਕੁਝ ਹੀ ਚਾਹੁੰਦਾ ਸੀ। ਹਾਂਜੀ, ਮੈਂ ਫਿਰ ਸਾਊਥ ਅੰਡੇਮਾਨ ਮੈਨੂੰ ਕੋਈ ਹੋਰ ਮਿਲ ਗਿਆ ਵਾਕਫ, ਉਹ ਕਹਿੰਦਾ ਮੈਂ ਸੀਟ ਬੁੱਕ ਕਰਾ ਲਿਆ, ਤੇਰੀ ਵੀ ਕਰਾ ਦਿਆਂ। ਉਹ ਸੀਗਾ ਸ਼ਾਇਦ ਆਈ ਜੀ ਫੋਰ, ਨਹੀਂ ਕੋਈ ਪੁਲਿਸ ਦਾ ਬੰਦਾ ਸੀ, ਸਰਦਾਰ ਸੀ ਉਹ ਵੀ, ਆਹੋ ਹਾਂ ਉਹਦਾ ਮੈਨੂੰ ਹੁਣ ਨਾਂ ਭੁੱਲਦਾ। ਉਹ ਕਹਿੰਦਾ ਮੈਂ ਵੀ ਜਾ ਰਿਹਾ, ਅਤੇ ਕਹਿੰਦਾ ਮੈਂ ਤੁਹਾਡੀ ਬੁਕਿੰਗ ਕਰਾ ਦਿਆਂ, ਮੈਂ ਕਰਾ ਦੇ। ਮੈਂ ਫਿਰ ਉਹਦੇ ਨਾਲ ਸਾਊਥ ਅੰਡੇਮਾਨ ਗਿਆ। ਮੈਂ 2-3 ਦਿਨ ਸਾਰਾ ਉਹਨੇ ਸਾਊਥ ਅੰਡੇਮਾਨ ਮੈਨੂੰ ਸਾਰਾ ਹੀ ਦਿਖਾਇਆ ਔਰ ਮੈਨੂੰ ਗਾਈਡ ਕਰਦਾ ਰਿਹਾ। ਫਿਰ ਮੈਂ ਜਦੋਂ ਤੱਕ ਵਾਪਸ ਆਇਆ, ਅਤੇ ਇਹ ਉਧਰੋਂ ਨੌਰਥ ਇੰਡੀਅਨ ਤੋਂ ਵਾਪਸ ਆਏ, ਇੱਕ ਰਾਤ ਫਿਰ ਅਸੀਂ ਇਕੱਠੇ ਰਹੇ। ਉਹਦੇ ਬਾਅਦ ਇਹ ਫਿਰ ਵਾਪਸ ਆ ਗਏ, ਅਤੇ ਮੈਂ ਨੌਰਥ ਅੰਡੇਮਾਨ ਫਿਰ ਬਾਅਦ ਵਿੱਚ ਗਿਆ। ਮੈਂ ਇਕੱਲਾ ਇਕੱਠੇ ਜਾਣਾ ਸੀ, ਮਤਲਬ ਇੱਦਾਂ ਵੀ ਹੁੰਦੀ ਰਹੀ ਆ, ਪਰ ਕੋਸ਼ਿਸ਼ ਅਸੀਂ ਇਹੀ ਕਰਦੇ ਰਹੇ ਹਾਂ ਕਿ ਮੇਰੀ ਜੇ ਕਿਤੇ ਡਿਊਟੀ ਲੱਗਦੀ ਆ ਬਾਹਰ ਤਾਂ ਇਹ ਟਿਕਟ ਲੈ ਕੇ ਨਾਲ ਤੁਰ ਪੈਂਦੇ ਸੀ, ਅਤੇ ਉੱਥੇ ਛੁੱਟੀ ਲੈ ਲਈ। ਅਤੇ ਜੇ ਇਹਨਾਂ ਦੀ ਕਿਤੇ ਡਿਊਟੀ ਲੱਗਦੀ ਸੀ, ਮੇਰੀ ਵੀ ਅਪੁਆਇੰਟਮੈਂਟ ਇੱਦਾਂ ਦੀ ਸੀ, ਮੈਂ ਸੀਗਾ ਅਲਟੀਮੇਟਲੀ ਡਾਇਰੈਕਟਰ ਪਬਲਿਕ ਕੋਆਪਰੇਸ਼ਨ ਗੌਰਮੈਂਟ ਆਫ ਇੰਡੀਆ, ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ। ਅਤੇ ਪਬਲਿਕ ਕੋਆਪਰੇਸ਼ਨ ਦਾ ਮਤਲਬ ਜਿੰਨੀਆਂ ਵੀ ਐਨ ਜੀ ਓਜ਼ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ, ਹੈਲਥ ਅਤੇ ਐਗਰੀਕਲਚਰ ਲਈ ਕੰਮ ਕਰ ਰਹੀਆਂ, ਅਸੀਂ ਉਹਨਾਂ ਲਈ ਫੰਡਿੰਗ ਕਰਦੇ ਸੀ ਥੋੜ੍ਹੀ ਜਿਹੀ ਸੈਂਟਰਲ ਗੌਰਮੈਂਟ। ਮੈਂ ਉਹ ਫੰਡਿੰਗ ਕਰਨ ਦੇ ਵਿੱਚ ਮੇਰਾ ਇੰਚਾਰਜ ਸੀ ਮੈਂ, ਅਤੇ ਉਹ ਫੰਡਿੰਗ ਦਾ ਫਿਰ ਅਸੀਂ ਦੇਖਣ ਵੀ ਜਾਣਾ ਹੁੰਦਾ ਸੀ ਵੀ ਉਹਨਾਂ ਨੇ ਯੂਟੀਲਾਈਜ਼ ਫੰਡ ਕੀਤੇ ਨੇ ਕਿ ਨਹੀਂ ਕੀਤੇ। ਫਿਰ ਅਸੀਂ, ਮੈਂ ਸਾਰਾ ਹਿੰਦੁਸਤਾਨ, ਤਕਰੀਬਨ ਹਰ ਹਿੰਦੁਸਤਾਨ ਦੇ ਸਾਰੇ ਪਿੰਡ ਜਿਹੜੇ ਨਾ, ਮੈਂ ਉਸ ਡਿਊਟੀ ਦੇ ਉੱਤੇ ਦੇਖੇ ਹੋਏ ਆ, ਪਿੰਡਾਂ ਵਿੱਚ ਵੀ ਗਿਆ ਹੋਇਆ, ਅਤੇ ਕਿਤੇ ਕਿਤੇ ਫਿਰ ਇਹ ਵੀ ਮੇਰੇ ਨਾਲ ਚਲੇ ਜਾਂਦੇ। ਇਹਨਾਂ ਨੇ ਸਾਰੀਆਂ ਹੀ ਸਟੇਟਸ ਦੇਖੀਆਂ, ਮੇਰਾ ਅਰੁਣਾਚਲ ਰਹਿ ਗਿਆ ਹੈ, ਕਿਉਂਕਿ ਮੈਨੂੰ ਹੈਲਥ ਸੈਕਟਰੀ ਨੇ ਜਿੱਥੋਂ ਮੈਂ ਸੀਗੀ ਉਹਨਾਂ ਨੇ ਟੈਲੀਗ੍ਰਾਮ ਦੇ ਦਿੱਤੀ ਕਿ ਛੁੱਟੀ ਨੋਟ ਐਕਸਟੈਂਡਡ। ਮੈਂ ਇੱਕ ਵਾਰੀ, ਮੈਂ ਮੇਰੀ ਇੱਕ ਸਾਊਥ ਇੰਡੀਅਨ ਕੁਲੀਗ ਸੀ, ਉਹ ਰਿਟਾਇਰ ਹੋਣ ਵਾਲੀ ਸੀ, ਉਹ ਮੈਨੂੰ ਕਹਿਣ ਲੱਗੀ, ਕਹਿੰਦੀ ਆ ਮੈਡਮ ਸਾਊਥ ਇੰਡੀਆ 'ਚ ਜਾ ਕੇ ਮੇਰੇ ਕੋਲੋਂ ਕਿੱਥੇ ਨੌਰਥ ਆਉਂਦੇ ਆ, ਚਲੋ ਆਪਾਂ ਈਸਟਰਨ ਸਟੇਟਸ ਦੇਖਣ ਚੱਲੀਏ। ਅਤੇ ਸਾਰੀਆਂ ਈਸਟਰਨ ਸਟੇਟ ਦੇ ਵਿੱਚ, ਕਿਉਂਕਿ ਉਸ ਵੇਲੇ ਮੈਂ ਡਾਇਰੈਕਟਰ ਸੀ, ਮੈਂ ਡਾਇਰੈਕਟਰ ਰਹਿ ਚੁੱਕੀ ਸੀ ਸੈਂਟਰਲ ਹੈਲਥ ਐਜੂਕੇਸ਼ਨ ਬਿਊਰੋ, ਅਤੇ ਸਾਡੀਆਂ ਸਾਰੀਆਂ ਸਟੇਟਸ ਬ੍ਰਾਂਚਿਸ ਸੀਗੀਆਂ। ਅਤੇ ਇੱਕ ਅੱਧੀ ਅਸੀਂ ਪਹਿਲਾਂ ਵੀ ਦੇਖੀ ਹੋਈ ਸੀ ਕਿ ਅਸਾਮ ਆਈਡ ਬੀਨ ਅਰਲੀਅਰ ਆਲਸੋ। ਅਤੇ ਉਹ ਫਿਰ ਅਸੀਂ ਦੋਵਾਂ ਨੇ ਨਾ ਲੀਵ, ਜਿਹੜੀ ਹੁੰਦੀ ਸੀ ਲੀਵ ਟਰੈਵਲ ਕਨਸੈਸ਼ਨ ਵਾਲੀ, ਉਹ ਲੈ ਕੇ ਅਤੇ ਅਸੀਂ ਸੱਤਾਂ ਸਟੇਟਸ ਦਾ ਕਰਨਾ ਸੀ। ਉਹ ਫਿਰ ਮੇਰੀ ਅਰੁਣਾਚਲ ਰਹਿ ਗਈ, ਉਹ ਅਜੇ ਤੱਕ ਉਹ ਹੋਈ ਨਹੀਂ ਹੁਣ। ਸਰ ਹੁਣ ਇਹ ਤੁਸੀਂ ਤੋਹਫ਼ਾ ਦੇਣਾ, 55 ਵਰੇਗੰਢ ਜਿਹੜੀਆਂ ਪੂਰੀਆਂ ਤੁਸੀਂ ਕਰ ਲਈਆਂ ਨੇ ਨਾ, ਹੁਣ ਅਰੁਣਾਚਲ ਘੁਮਾ ਕੇ ਲਿਆਇਓ ਮੈਮ ਨੂੰ। ਚੰਗਾ, ਕੀ ਚੀਜ਼ ਹੁਣ ਘੁਮਾ ਕੇ ਲਿਆਉਣਗੇ ਸਰ ਤੁਹਾਨੂੰ? ਉਹਨਾਂ ਨੇ ਵਾਅਦਾ ਕਰਤਾ, ਕਹਿੰਦੇ ਵੀ ਹੁਣ ਮੈਂ ਇਸ ਵਾਰ ਲੈ ਕੇ ਜਾਊਂਗਾ। ਚਲੇ ਚੱਲਾਂਗੇ ਅਰੁਣਾਚਲ, ਜਦੋਂ ਕਹੇ ਚੱਲ ਚੱਲਾਂਗੇ। ਲੱਭ ਲੈ ਅਰੁਣਾਚਲ ਹੁਣ ਇੱਕ ਵਾਰੀ, ਜਿਹੜੇ ਹੈ ਨਾ ਕੀ ਹੈਗਾ, ਜਦੋਂ ਗਵਰਨਰ ਸੀ ਉੱਥੇ ਜਗਤ, ਨਹੀਂ ਨਾ ਇੱਕ ਵਾਰੀ ਤੇ ਜਦੋਂ ਗੁਰਬਚਨ ਜਗਤ ਦਾ ਸੀਗਾ ਨਾ ਆਪਣੇ ਨੌਰਥ ਇੰਡੀਆ, ਨਹੀਂ ਆਪਣਾ ਜਿਹੜਾ ਜੇ ਸਿੰਘ ਪ੍ਰਭਜੋਤ ਰਾਓ ਦਾ ਜਵਾਈ, ਉਹ ਗਵਰਨਰ ਸੀਗਾ ਉੱਥੇ ਉਦੋਂ। ਪਰ ਫਿਰ ਉਹ ਮੈਨੂੰ ਪਤਾ ਲੱਗਾ ਕਿ ਬਈ ਉੱਥੇ ਤੁਹਾਨੂੰ ਕਾਫੀ ਤੁਰਨਾ ਪੈਂਦਾ ਹੈ, ਅਤੇ ਉੱਥੇ ਕਾਫੀ ਬਾਏ ਪਲੇਨ ਹੀ ਜਾਣਾ ਪੈਂਦਾ, ਤੁਸੀਂ ਬਾਏ ਰੋਡ ਨਹੀਂ ਜਾ ਸਕਦੇ। ਹਾਂ, ਫਿਰ ਅਸੀਂ ਜੇ ਬਾਈ ਪਲੇਨ ਜਾ ਕੇ ਤੁਸੀਂ ਪਾਸੀਘਾਟ 2 ਦਿਨ ਰਹਿ ਕੇ ਵਾਪਸ ਆ ਜਾਓ, ਤਾਂ ਫਿਰ ਤਾਂ ਤੱਕ ਕੋਈ ਨਾ ਦੇਖਿਆ। ਹਾਲਾਂਕਿ ਅਸੀਂ ਉਹਨਾਂ ਨਾਲ ਕੀਤਾ ਵੀ, ਉਹਨਾਂ ਨੇ ਦੇ ਵਾਰ ਐਕਸਪੈਕਟਿੰਗ ਅਸ, ਪਰ ਫਿਰ ਅਸੀਂ ਗਏ ਹੀ ਨਹੀਂ। ਇਹ ਪਹਿਲਾਂ ਦੇ ਇਹ ਆਪਣੀ, ਮੈਂ ਤਾਂ ਚੰਗੀ ਤਰ੍ਹਾਂ ਰਹਿ ਕੇ ਆਇਆ ਸੀ 15 ਦਿਨ ਉੱਥੇ, ਪਿੰਡਾਂ ਵਿੱਚ ਵੀ ਗਿਆ ਸੀ, ਕਿਉਂ ਮੈਂ ਤਾਂ ਪਿੰਡਾਂ ਨੂੰ ਫੰਡਿੰਗ ਕੀਤੀ ਹੁੰਦੀ ਸੀ। ਅਤੇ ਮੈਂ ਤਾਂ ਆਪਸ ਵਿੱਚ ਤੁਹਾਡਾ ਇੰਨਾ ਲੰਮਾ ਜਿਹੜਾ ਸਫ਼ਰ ਸੀ, ਕਿਵੇਂ ਮਹਿਸੂਸ ਕਰਦੇ ਹੋ ਵੀ ਕਿਵੇਂ ਦਾ ਰਿਹਾ? ਠੀਕ ਹੈ, ਸਾਨੂੰ ਤਾਂ ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਰਿਹਾ, ਬਹੁਤ ਕੋਈ ਕਦੇ ਮਾੜੀ ਮੋਟੀ ਦੇਖੋ ਡਿਫਰੈਂਸ ਆਫ ਓਪੀਨੀਅਨ ਤਾਂ ਹੋ ਜਾਂਦਾ, ਪਰ ਕੋਈ ਇੱਦਾਂ ਦੀ ਮੇਜਰ ਨਹੀਂ ਹਰਡਲ ਆਈ ਜਿਹੜਾ
मैं समझा कि भी मेरे राह रोड़ा बनया जा ये समझ के मेरे जा एक दूजे इंटरफेरेंस नहीं करते। हाँ जी हाँ अच्छा हैबिट्स कुछ असी डिस्कस भी कीतियां सीगियां ते कुछ ऑब्जर्व भी कीतियां सो देखो तुसी तुहानू कदे भी यू कैन नॉट फाइंड 100% परसन ऑफ योर आइडियाज सो दैट हैज टू बी एक्सेप्टेड ते जे लार्ज मेजोरिटी तुहाडियां चीज़ां मिलन या ना कोई वड्डा ऑब्जेक्शन नहीं हैगा ते यू हैव टू मेक एडजस्टमेंट्स है ना ते इस करके असी मतलब डिसग्री भी बहुत करते हैं एक बारी इन्हां दी भैन दीआं बेटियां साडे कोल इत्थे पढ़न आईआं चंडीगढ़ वो जो वापस गई ना थोड़ी देर के बाद अपने वीकेंड दे या किस तरह अपने घर गई तो माँ ने पूछा कि क्यों कैसा लगता है कहते और तो सारा कुछ ठीक है मामा जी मामी जी लड़ते बड़ा ने सिस्टर ने मैंने दसिया मैं क्या देखो मैं थोड़े तो सामने जानबूझ के लड़ रही हाँ कि कल नू तुसी भी यू हैव टू स्टैंड बाय हो जो इस चीज़ हाँ ये नहीं हैगा कि भी जी तुसी आदमी दे उदे तो रहना सो वो हैगा कि डिसग्रीमेंट ते तो 100% तो उन कोई नहीं पर जे थोड़ी कोई मेजर जड़ी एक जड़ी इन्हां ने कि भाई यह सीगा मैं ऑब्जर्व किया कि एक जूस नहीं है हाँ अच्छा इन्हों सैर सपाटे का शौक है जो मैं भी सीखा तो कोई फूड फैट्स क्योंकि मैं रोटी बहुत पकानी पकूनी नहीं आती है तो वह इन्हों फूड फैट्स कोई नहीं सके कोई ज्वेलरी का कोई कपड़े का कोई नहीं सी सो दीज आर द मेजर पॉइंट्स अग्रीमेंट सी सो और फिर इन्होंने जी कमिटमेंट मैं मदर लिए की सी ही लुकड आफ्टर हर ले वेरी वैल हाँ जी है मदर अखीर तक इतने घर 96 च उन्हों की डैथ हुई है इतने ही रहे उन्होंने अखीरले दिनों के बैड रिडन हो गए थे तो कहते चलो बीजी गुरुद्वार के आप तो गुरुद्वारे वगैरह के नहीं है तो बीजी चुक चुक के कार चो गुरुद्वारे अंदर लेके जाते होंगे सो ही लुकड आफ्टर हर वेरी वेल फिर पैसे का असी कदे इन्होंने मैनु कदे नहीं पुछया कि तेरी तनखा कित्थे गई की नहीं है ना मैं इन्हों कदे पुछया सो साडा पैसे दे विच कोई झगड़ा नहीं है साडियां कोई बहुत डिमांड्स नहीं हैगियां एक बच्चे ना आन करके साडियां कोई नीड्स भी नहीं हैगियां के तो इस करके कोई मेजर डिसएग्रीमेंट दी जड़ी चीज़ है ना वो नहीं हैगी बच्चे ना होण दी गल दस दईए साढ़े कोल ना बहुत बच्चे पढ़ के गए ने हाँ जी क्योंकि असी दो कल्ले होंदे सी भैणां दे बच्चे आ गए ते भरावां दे बच्चे आ गए ये तो बहुत बच्चे पढ़ के गए ने कुड़ियां ज़्यादा मुंडे घट ते ओ रुपिंदर सारे बच्चे ना अज तक ਸਾਨੂੰ ਮਾਪਿਆਂ ਨੂੰ ਵੀ ਬਹੁਤ ਸਮਝਦੇ ਆ ਜਿਹੜਾ ਫਾਦਰਸ ਡੇ ਮਦਰਸ ਡੇ ਤੇ ਸਪੈਸ਼ਲੀ ਦ ਵਿਸ਼ਸ ਉਹ ਹਮੇਸ਼ਾ ਸਾਨੂੰ ਕੋਈ ਕਦੇ ਗਿਫਟ ਤੋਂ ਬਿਨਾ ਨਹੀਂ ਆਉਂਦਾ ਜਦੋਂ ਵੀ ਕੋਈ ਬੱਚਾ ਆਉਂਦਾ ਬਹੁਤ ਪਿਆਰ ਦਿੰਦੇ ਆ ਬਹੁਤ ਸਤਿਕਾਰ ਦਿੰਦੇ ਆ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਵੀ ਸਾਡੇ ਬੱਚੇ ਹੈ ਨਹੀਂ ਹਾਂਜੀ ਹੁਣ ਕਿਉਂਕਿ ਉਹ ਸਾਰੇ ਪੜ ਗਏ ਨੇ ਤੇ ਹੁਣ ਬੜਾ ਖੂਬਸੂਰਤ ਪਰਿਵਾਰ ਹੁਣ ਪਰਿਵਾਰ ਇਹ ਘਰ ਵਿੱਚ ਹੀ ਰਹਿੰਦੇ ਸਾਡੇ ਕੋਲ ਇੱਕ ਗੜਵਾੜੀ ਫੈਮਿਲੀ ਸੀ ਉਹ ਵੀ ਇਸੇ ਤਰ੍ਹਾਂ ਦਿੱਲੀ ਚ ਗੜਵਾਲੀ ਫੈਮਿਲੀ ਸੀ ਜਦੋਂ ਮੁੰਡਾ ਸਾਡੇ ਕੋਲ ਆਇਆ ਫਿਰ ਉਹਦਾ ਵਿਆਹ ਹੋਇਆ ਫਿਰ ਉਹਦੇ ਬੱਚੇ ਹੋਏ ਉਹਦੀ ਕੁੜੀ ਇੱਥੇ ਆ ਕੇ ਉਹਦਾ ਅਸੀਂ ਵਿਆਹ ਕੀਤਾ ਸਾਰਾ ਉਹਦੀ ਕੁੜੀ ਦੀ ਕੰਟਰੀਬਿਊਟ ਕੀਤਾ ਉਹਦੇ ਵਿਆਹ ਦੇ ਵਿੱਚ ਉਹ ਚਾਹੁੰਦੀ ਸੀ ਇੱਥੇ ਕਿ ਪੰਜਾਬੀ ਮੁੰਡੇ ਨਾਲ ਵਿਆਹ ਕਰਾਉਣਾ ਮੈਂ ਕਿਹਾ ਬਿਲਕੁਲ ਨਹੀਂ ਕਿਉਂਕਿ ਪੰਜਾਬੀ ਨੇ ਤੂੰ ਕੁਦੇਸਣ ਹੀ ਰਹੇਗੀ ਜੋ ਸਾਡਾ ਪੰਜਾਬੀਆਂ ਦਾ ਹੈ ਨਾ ਮੈਂ ਕਿਹਾ ਤੈਨੂੰ ਉਹਨਾਂ ਨੇ ਐਕਸੈਪਟ ਨਹੀਂ ਕਰਨਾ ਉਹ ਫਿਰ ਗੜਵਾਲੀ ਆ ਔਰ ਗੜਵਾਲੀ ਨਾਲ ਹੀ ਉਹਨਾਂ ਦੀ ਮਾਪਿਆਂ ਨੇ ਫਿਰ ਇਹ ਵੀ ਜਿਹੜਾ ਹਸਬੈਂਡ ਆ ਫੈਮਿਲੀ ਦਾ ਹਾਂਜੀ ਉਹ ਮੇਰੇ ਕੋਲ ਦੇਸ਼ ਸੇਵਕ ਵਿੱਚ ਕੰਮ ਕਰਦਾ ਸੀ ਪੀਐਨ ਦਾ ਤੇ ਮੈਂ ਮੈਂ ਕਿਹਾ ਵੀ ਤੂੰ ਕਿੱਥੇ ਰਾਤ ਨੂੰ ਕਹਿੰਦਾ ਮੈਂ ਕਿਤੇ ਰਹਿੰਦਾ ਬਾਹਰ ਝੁੱਗੀ ਚੌਂਪੜੀ 'ਚ ਮੈਂ ਕਿਹਾ ਤੂੰ ਮੇਰੇ ਘਰ ਰਹਿ ਲਿਆ ਕਰ ਉਹ ਮੇਰੇ ਘਰ ਰਹਿਣ ਲੱਗ ਗਿਆ ਮੇਰਾ ਖਾਣਾ ਬਣਾਉਣ ਲੱਗ ਗਿਆ ਫਿਰ ਉਹਨੇ ਵਿਆਹ ਕਰਾ ਲਿਆ ਫਿਰ ਵਿਆਹ ਕਰਾ ਕੇ ਇਹ ਸੁਮਨ ਜਿਹੜੀ ਲੜਕੀ ਤੁਸੀਂ ਦੇਖੀ ਹੈ ਹਾਂਜੀ ਉਹ ਆ ਗਈ ਤੇ ਇਹਦੇ ਫਿਰ ਬੱਚੇ ਹੋਏ ਉਹ ਬੱਚੇ ਹੁਣ ਸਾਡੇ ਹੀ ਬੱਚੇ ਬਣੇ ਹੋਏ ਨੇ ਇਨਫੈਕਟ ਇਹ ਸਾਡੇ ਦੋ ਕਮਰੇ ਨੇ ਮੈਂ ਆਪਣੇ ਆਪਣੇ ਵਾਲੇ ਕਮਰੇ 'ਚ ਇਕੱਲਾ ਸੌਂਦਾ ਤੇ ਇਹਦੇ ਵਾਲੇ ਕਮਰੇ 'ਚ ਜਿਹੜੀ ਉਹ ਛੋਟੀ ਗਵਲੀ ਪਹਿਲਾਂ ਵੱਡੀ ਮੇਰੇ ਕੋਲ ਸੌਂਦੀ ਸੀ ਹੁਣ ਛੋਟੀ ਸੌਂਦੀ ਛੋਟੀ ਇਹਨਾਂ ਦੇ ਕਮਰੇ ਸੌਂਦੀ ਹੈ ਤੇ
क्योंकि इन्हां नूं पक्खा तेज चाहिए, मैनूं घट चाहिए। इस करके असीं वक्खरे कमरे इन्हां नूं एसी चाहिए, मैनूं एसी नहीं चाहिए। नाले पिछली बार सर दसदे सी, कहिंदे वी इह बहुत टाइम तक गेम खेडदे रहिंदे ने फोन ते। हाँ, इह तां हुण वी मैं अर्ली स्लीपर हाँ ते अर्ली राइजर हाँ। हाँ जी, लेकिन ये लेट स्लीपर ते लेट राइजर ने। हाँ, वो फिर साडा इस करके भी नहीं सी बनता हुंदा एक दूजे नाल। ते ये तां कली पेशेंस गेम भी खेलती रहती है, बच्चों नाल भी खेलती रहती है। मैं नहीं, मैनू नहीं खेडण दा बहुता हुंदा। पर साडी एक गल मैं सुरजीत दे हक च कह दियां, मैं जिंदगी च बड़ियां अलगर्जियां भी कीतियां। मिसाल दे तौर दे उत्ते मैं जब पंजाबी ट्रिब्यून दा एडिटर बनिया ते मेरी उन्हां नाल बहुती नहीं बनी। ते मैं अपने आप ही वो नौकरी छड्ड दित्ती। एक होर नौकरी सीगी यूनिवर्सिटी वाली भी मैं आपे छड्ड के आ गया सी, नहीं तो मैनू कहिंदे सी ज़्यादा रह लो। मैनू कदे नहीं सुरजीत ने कहा कि भी तुसीं उत्थे एडजस्ट कर लेना सी, तुसीं क्यों इहो नौकरी छड्ड के आए, मान लो चंगी नौकरी क्यों छड्ड के आए। इन्हें कभी मैनू नहीं कहा भी तू, इन्होंने मैनू नहीं कदे, असी कदे किसी की चिट्ठी नहीं खोली। हाँ जी, हाँ, पैसों का कदे कोई हिसाब किताब नहीं किया कि भाई वो जो कोई होवे भी है जरूर डिस्कस कर लीजिए भी फलाने दे सगन देना कि ना देना है। पर इन्होंने कदे नहीं जो मर्जी मैं किसी नूं दिया है, जो मर्जी ये किसी नूं देन, सो कोई साडा वो नहीं हैगा। नहीं, ठीक ही रहा बहुत। देखो जो कोई भी बंदा किसी का खूबसूरत सफ़र देखता है ना, तो उन्होंने ये लगता होंगे भी शायद कदे नहीं लड़े हो, पर जबकि जिंदगी की सच्चाई यही होंगी है कि जिस घर च भी तुसी किसी नाल भी रहने हो, चाहे तो हम सफर हो बच्चों नाल लड़ाई होंगी, बच्चों नूं नहीं झिड़कते तू ऐ क्यों किया ऐ क्यों नहीं किया। बिल्कुल, पर उस चीज़ नूं सानूं अपनी ईगो ते नहीं लैके जाना चाहिए है ना। इसलिए बहुत सारे रिश्ते ने जिहड़े अजकल वो साल दो साल बाद ही तो उन्होंने सुनने को मिल लग जाता भी बन नहीं रही, इन्ना च डिफरेंस बहुत ने, है ना। मतलब ये चीज़ा ने जिहड़ियां पुराने समय च शायद लोगों ने खूबसूरती नाल ज़्यादा वधिया तरीके नाल रिश्तियां नूं संभालिया। पुराने जमाने एक मूवी प्रेज, पुराने जमाने दे विच इन्नी जल्दी ब्याह हो जाते सी ना कि वह फिक्सड आइडियाज होंगे नहीं सके। हाँ जी, अच्छा हूँ क्योंकि लेट मैरिजिस होंगे ने, आइडियाज फिक्सड होंगे ने, तो वो कोई इमेज लोगों ने बनाए हुए होंगे ने, ते साडा मेरा कोई इमेज नहीं सीगा। तो इस करके साडी लंघ गई है कि भाई टू पीपल हैव टू लिव टूगैदर, दैट्स ऑल। तो जो कोई लोड हुंदी है एक दूसरे का, तुहानू सहारा बड़ा हैगा, दैट्स द पॉइंट ना। तो सर मैम जिवें कहिंदे ने कि उन्हां दा अपना फैसला सीगा है ना, कि जॉब करदे सीगे उन्हां नूं सीगा कि जे नौकरानियां नहीं मेरे बच्चे पालणे आ तां उहदे तों वधिया उह ना होण, है ना। ਤੁਹਾਨੂੰ ਇਹ ਚੀਜ਼ ਐਕਸੈਪਟ ਕਰਨ 'ਚ ਔਖ ਨਹੀਂ ਲੱਗੀ ਕਿਉਂਕਿ ਆਪਣੀ ਤਾਂ ਜਿਹੜੀ ਸੋਸਾਇਟੀ ਉਹਦੀ ਸੋਚ ਹੀ ਇਹ ਹੁੰਦੀ ਕਿ ਵਿਆਹ ਅਤੇ ਬੱਚੇ। ਮੈਂ ਐਕਚੁਲੀ ਮੇਰੇ ਦਿਮਾਗ 'ਚ ਕਦੀ ਵੀ ਨਹੀਂ ਇਹ ਗੱਲ ਆਈ, ਇਹਨਾਂ ਨੂੰ ਵੀ ਪਤਾ ਹੈ ਕਿ ਵੀ ਔਲਾਦ ਕੋਈ ਬਹੁਤ ਜ਼ਰੂਰੀ ਹੈ, ਕੋਈ ਉਹਦਾ ਤੁਹਾਨੂੰ ਸੁੱਖ ਮਿਲੇਗਾ। ਮੈਂ ਖੈਰ ਦੇਖੀ ਵੀ ਬਹੁਤ ਫੈਮਿਲੀਜ਼ ਦੇਖੀਆਂ ਨੇ ਵਿੱਚ ਬਹੁਤ ਅੱਛੇ ਬੱਚੇ ਵੀ ਹੋਏ ਨੇ, ਕਈ ਕਈ ਪੇਰੈਂਟਸ ਬਹੁਤ ਸੁਖੀ ਆ ਆਪਣੇ ਬੱਚਿਆਂ ਤੋਂ। ਲੇਕਿਨ ਬਹੁਤੇ ਪੇਰੈਂਟਸ ਮੈਂ ਇੱਦਾਂ ਦੇਖਿਆ ਜਿਹਨਾਂ ਨੂੰ ਬੱਚਿਆਂ ਨੇ ਤੰਗ ਬੜਾ ਕੀਤਾ। ਬਿਲਕੁਲ, ਅਤੇ ਖਾਸ ਕਰਕੇ ਜਦੋਂ ਮੁੰਡਿਆਂ ਦੇ ਵਿਆਹ ਜਾਂਦੇ ਆ, ਜਿਹੜੀਆਂ ਉਹਨਾਂ ਦੀਆਂ ਬੀਵੀਆਂ ਆਉਂਦੀਆਂ ਨੇ ਉਹ ਫਿਰ ਬਜ਼ੁਰਗਾਂ ਦੇ ਖਿਲਾਫ ਹੋ ਜਾਂਦੀਆਂ ਨੇ ਉਹ। ਇਸ ਕਰਕੇ ਮੈਨੂੰ ਕਦੀ ਇਸ ਤਰ੍ਹਾਂ ਦਾ ਹੈ ਨਹੀਂ ਸੀ ਪਾਪੂਲੇਸ਼ਨ ਦਾ। ਤਾਂ ਮੈਂ ਉਦਾਂ ਹੀ ਕਹਿੰਦਾ ਸਾਡੇ ਪਾਪੂਲੇਸ਼ਨ ਬਹੁਤ ਹੈ, ਇਟ ਵਾਜ਼ ਵਨ ਆਫ ਦੀ ਰੀਜ਼ਨਸ ਕਿ ਵੀ ਵੀ ਵਰ ਨੋਟ। ਹੁਣ ਇੱਕ ਦੂਜੇ ਲਈ ਤੁਸੀਂ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ, ਹੈ ਨਾ ਸਰ ਨੇ ਤੁਹਾਡੇ ਬਹੁਤ ਸਾਰੇ ਫੈਸਲਿਆਂ ਦੀ ਰਿਸਪੈਕਟ ਕੀਤੀ ਹੈ। ਤੁਸੀਂ ਵੀ ਜਿਵੇਂ ਆਪਾਂ ਪਹਿਲਾਂ ਜਦੋਂ ਮੈਂ ਆਈ ਸੀ ਆਪਾਂ ਗੱਲਾਂ ਕਰਦੇ ਸੀ ਵੀ ਔਰਤਾਂ ਨੂੰ ਵੀ ਕੁਛ ਕੁ ਆਪਣੇ ਫਰਜ਼ ਨੇ ਜਿਹੜੇ ਉਹ ਸਮਝਣੇ ਚਾਹੀਦੇ ਨੇ ਇੱਕ ਬੰਦੇ ਲਈ, ਹੈ ਨਾ। ਹੁਣ ਕੀ ਕਹਿਣਾ ਚਾਹੋਗੇ ਕਿ ਔਰਤ ਅਤੇ ਮਰਦ ਦਾ ਰਿਸ਼ਤਾ ਜਿਹੜਾ ਉਹਨੂੰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਹੈ? ਉਹ ਖੂਬਸੂਰਤ ਇਸੇ ਤਰ੍ਹਾਂ ਹੀ ਬਣ ਸਕਦਾ ਨਾ ਜੇ ਦੋਨੋਂ ਇਸ ਚੀਜ਼ ਨੂੰ ਐਕਸੈਪਟ ਕਰਨ ਕਿ ਆਫਟਰ ਆਲ ਜੇ ਅਸੀਂ ਨੌਕਰੀ ਕਰਦੇ ਹਾਂ ਉੱਥੇ ਐਡਜਸਟ ਨਹੀਂ ਕਰਦੇ, ਹੈ ਨਾ।
सिर्फ जड़ा मैं तो हमेशा कहनी हूँ ना तुसी अपने मापे सिलेक्ट कर सकते हो ना तुसी रिश्तेदार सिलेक्ट कर सकते हो द ओनली पीपल यू कैन सिलेक्ट इज़ योर फ्रेंड्स है सो क्योंकि तुसी फ्रेंड्स नू सिलेक्ट कर सकते हो तो वो जे तुहानू नहीं सूट करता तुसी छड़ देंदे हो पर हसबेंड भी तुसी सिलेक्ट कर लैंदे हो एज अ फ्रेंड है और उसके बाद यू लिव एज अ फ्रेंड टू मच डिमांडिंग भी नहीं होना चाहिए तो टू मच अग्रेसिव भी नहीं होना चाहिए तो यू हैव टू एडजस्ट क्योंकि मैरिज के बच्चे एडजस्टमेंट इज अ मस्ट जी कि आम लोग एक दूजे नहीं मानते एक एक दो और चीज़ा है कि जड़िया अजकल दिन कुड़ियों के जी आई थिंक भी वो प्रॉब्लम होंगी है कि साड़ी कल्चरली बच्चे ना कुड़िया नैगेटिव दिता जाता सहुरिया के खिलाफ ननान के खिलाफ जिस तरह ननान तो डैन है तो सस भी डैन है ये कुड़िया ग्रो अप विद दैट इमेज कि सस भी खराब है तो ननान भी खराब है तो सो इस करके वो लोग बट वन हैज टू नो फिर होर भी चीज़ा है ने कि ये एक्सपैक्ट करना कि भाई जड़ा बंदा जमया किसी घर पलिया किते उहदे अपने रिश्तेदार उहदियां अपनियां भैणां उहदे अपने है ते उह हुण एक चार लावां लै के या सत फेरे लै के थोड़ा कि उह सारिआं नूं भुल जावे बिल्कुल है सो इस करके बहुत जरूरी हैगा कि यू हैव टू एडजस्ट एंड गिव प्लेस है हुण जदों इहनां दीआं भैणां हुंदीआं ने आई डोंट इंटरफेयर लैट दम बिकॉज जरा इन्हों चाइल्डहुड दीज़ा कॉमनली उ भैन ने अपने रिश्तेदार मासियां मामियां रादर दैन विद मी और माई रैलेटिव सो ही हैज़ टू यू कैन नॉट फॉरगेट योर पास्ट है ना तो इस करके मेरे भी रिश्तेदार कोई इंटरफेयर केस जेडे इन्हों के रिश्तेदार ने बहुत मेरे ना गल करते हैं टेलीफोन से जेडे मेरिया भैन ने बहुत भाभी जी ना गल करते मैं तो पूछिए वन एक्सेप्ट दिस अंडरस्टैंड दिस एंड गिव ड्यू प्लेस टू रिलेटिव मैं इन्होंने सारे परिवार को सारे रिश्तेदार को बड़ा मैं इज्जत भी मिली बड़ा प्यार भी मिलया सो आई विल गो ऑन सेम वे इन्होंने मेरे ये क्योंकि ये अपने मापिया दे विच एल्डेस्ट ने मैं यंगेस्ट सी अपने पे तो मेरे ब्रदर भी बड़े तो उन्होंने ब्याह दे मेरे जड़े भतीजे ने जो मेरी साड़ी मैरिज हुई तो क्योंकि मेरे भतीजे तो ऑलरेडी ऑफिसर सके है आर्मी एयरफोर्स ये वो अच्छा अगो उन्होंने जड़े दोस्त भी घर आते है वो सारे मैंने भुआ जी इन्हें बड़ा अजीब लगा एकदम फुप्पड़ जी कहने जरा कोई आता नहीं दाड़ियाँ साला साहब तो पहले फुप्पड़ जी बन गए सर है ना सो वो चीज़ जड़ी हैगी है ना वन हैज टू वो थोड़ा जा एवें लगता हों ऊपर जहाँ बंदे पर ठीक है सारे लोग क्योंकि मैं ये जगत फुप्पड़ मैं जगत भुआ है नहीं सर बहुत मतलब ये चंगियां गल्लां हुंदियां ने एक तरह ना खजाना हुंदा जदों तुसी किसी दे तजर्बे तो कुछ सीखते हो ना इसन गुलजार सिंह संधू ते उना दे धर्मपत्नी सुरजीत कौर जी बड़ा कुछ आपां उना दे सफ़र तो सीखिया है खास करके साड़ी हुण दी जिहड़ी पीढ़ी आ उना लई तां ये चीज़ां सच्ची बहुत मतलब एक खजाने वर्गियां ही हुंदियां ने कि असी जदों किसी दे तजर्बे तो सीखते हाँ कि विआह है जिहड़ा उहदे विच कुछ ना कुछ एडजस्टमेंट्स भी तुहानू करनियां पैंदियां ने जरूरी नहीं कि तुहाडे सुपनियां दे विच जिहड़ा राजकुमार होवे जां राजकुमारी होवे उही तुहाडे जिंदगी दा हिस्सा बणो तुहानू उहनू खुद घड़ना पैंदा है खुद बनाउणा पैंदा है उम्मीद है कि तुहानू साडा इह एपीसोड बहुत चंगा लग्गिया होवेगा अगली बार फिर तो एक शख्सियत नाल हाज़र होवांगे तद तक लई सति श्री अकाल